ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਸ਼ਵੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਵਿਅਰਸ, ਭਾਰਤੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਪੀ ਸਾਥਾ ਸ਼ਿਵਮ ਦੀ ਅਗਵਾਈ ਵਿੱਚ 3 ਮੈਂਬਰੀ ਪੈਨਲ ਨੇ ਇੱਕ ਇਤਿਹਾਸਿਕ ਫੈਸਲਾ ਸੁਣਾਇਆ ਹੈ। ਇਹ ਫੈਸਲਾ 15 ਮੌਤ ਦੀ ਸਜ਼ਾ ਪ੍ਰਾਪਤ ਅਪਰਾਧੀਆਂ ਦੀ ਪਟੀਸ਼ਨ 'ਤੇ ਸੁਣਾਇਆ ਗਿਆ, ਜਿਨ੍ਹਾਂ ਨੇ ਇਹ ਮੰਗ ਕੀਤੀ ਸੀ ਕਿ ਉਹਨਾਂ ਦੀ ਮਰਸੀ ਪਟੀਸ਼ਨ 'ਤੇ ਪ੍ਰੈਜ਼ੀਡੈਂਟ ਵੱਲੋਂ ਕਈ ਸਾਲਾਂ ਤੋਂ ਫੈਸਲਾ ਨਹੀਂ ਦਿੱਤਾ ਗਿਆ, ਇਸ ਲਈ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲਿਆ ਜਾਵੇ। ਇਸ ਤੋਂ ਇਲਾਵਾ ਦਿਮਾਗੀ ਬਿਮਾਰੀਆਂ ਵਾਲੇ ਕੈਦੀਆਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਲਈ ਦਿਮਾਗੀ ਬਿਮਾਰੀ ਨੂੰ ਵੀ ਉਮਰ ਕੈਦ ਵਿੱਚ ਬਦਲਣ ਦਾ ਆਧਾਰ ਮੰਨਿਆ ਗਿਆ ਹੈ। 3 ਜੱਜਾਂ ਦੇ ਪੈਨਲ ਨੇ ਆਪਣੇ 154 ਪੇਜ ਦੇ ਫੈਸਲੇ ਵਿੱਚ ਪਟੀਸ਼ਨ ਕਰਤਾਵਾਂ ਦੀਆਂ ਦਲੀਲਾਂ ਨੂੰ ਮੰਨਦਿਆਂ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਹੈ। ਫੈਸਲੇ ਵਿੱਚ ਕਿਹਾ ਗਿਆ ਹੈ ਕਿ ਰਹਿਮ ਅਪੀਲ ਦੇ ਨਿਪਟਾਰੇ ਵਿੱਚ ਦੇਰੀ ਹੋਣ 'ਤੇ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਮਾਨਸਿਕ ਬਿਮਾਰੀਆਂ ਤੋਂ ਪੀੜਤ ਕੈਦੀਆਂ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ। ਵਿਊਅਰਸ, ਭਾਵੇਂ ਇਹਨਾਂ 15 ਪਟੀਸ਼ਨ ਵਿੱਚ ਪ੍ਰੋਫੈਸਰ ਭੁੱਲਰ ਸ਼ਾਮਿਲ ਨਹੀਂ ਹਨ, ਕਿਉਂਕਿ ਉਹਨਾਂ ਦੀ ਪਟੀਸ਼ਨ ਨੂੰ ਪਹਿਲਾਂ ਤੋਂ ਹੀ 2 ਜੱਜਾਂ ਦੇ ਪੈਨਲ ਵੱਲੋਂ ਉੱਪਰ ਗਈਆਂ ਗੱਲਾਂ ਦੇ ਆਧਾਰ 'ਤੇ ਜੈਕ ਕੀਤਾ ਜਾ ਚੁੱਕਿਆ ਹੈ। ਪਰ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਅੱਜ ਆਏ ਫੈਸਲੇ ਦੇ ਆਧਾਰ 'ਤੇ ਪ੍ਰੋਫੈਸਰ ਭੁੱਲਰ ਨੂੰ ਜ਼ਰੂਰ ਰਾਹਤ ਮਿਲੇਗੀ, ਭਾਵੇਂ ਕਿ ਇਸ ਲਈ ਕਾਨੂੰਨੀ ਪ੍ਰਕਿਰਿਆ ਕਰਨੀ ਪਵੇ। ਇਸ ਤੋਂ ਇਲਾਵਾ ਇੰਗਲੈਂਡ ਵਿੱਚ ਡੀਕਲਾਸੀਫਾਈਡ ਕੀਤੇ ਗਏ ਡਾਕੂਮੈਂਟਸ, ਜਿਨ੍ਹਾਂ ਦਾ ਸੰਬੰਧ ਜੂਨ 84 ਦੀ ਸਿੱਖ ਨਸਲਕੁਸ਼ੀ ਨਾਲ ਜੁੜਦਾ ਹੈ, ਵੀ ਅੱਜ ਕੱਲ੍ਹ ਸਿੱਖ ਸੰਗਤਾਂ ਵਿੱਚ ਚਰਚਾ ਦਾ ਵਿਸ਼ਾ ਹਨ। ਇਹਨਾਂ ਵਿਸ਼ਿਆਂ ਅਤੇ ਹੋਰ ਪੰਥਕ ਮੁੱਦਿਆਂ ਸੰਬੰਧੀ ਅੱਜ ਅਸੀਂ 2 ਅਹਿਮ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸੈਕਟਰੀ ਪ੍ਰੋਫੈਸਰ ਮਹਿੰਦਰਪਾਲ ਸਿੰਘ, ਜੋ ਸਾਡਾ ਹੁਣ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਸਭ ਤੋਂ ਪਹਿਲਾਂ ਸਾਡੇ ਕੋਲ ਅਸੀਂ ਇਹੀ ਜਾਣਨਾ ਚਾਹਾਂਗੇ, ਇਸ ਤੋਂ ਪਹਿਲਾਂ ਕਿ ਅਸੀਂ ਤੁਹਾਡੇ ਨਾਲ ਪ੍ਰੋਫੈਸਰ ਭੁੱਲਰ ਜੀ ਦੇ ਕੇਸ ਬਾਰੇ ਗੱਲਬਾਤ ਕਰੀਏ, ਅਸੀਂ ਤੁਹਾਡੇ ਮੁਜ਼ੱਫਰਨਗਰ ਯੂਪੀ ਦੇ ਦੌਰੇ ਬਾਰੇ ਜਾਣਨਾ ਚਾਹਾਂਗੇ, ਜਿੱਥੇ ਕਿ ਤੁਹਾਡੀ ਪਾਰਟੀ ਦੇ 21 ਮੈਂਬਰੀ ਡੈਲੀਗੇਸ਼ਨ ਨੇ ਪੀੜਤ ਮੁਸਲਮਾਨ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰੇ ਦੇ ਬਾਰੇ ਸਾਡੀਆਂ ਸੰਗਤਾਂ ਨੂੰ ਵੇਰਵੇ ਦੇ ਨਾਲ ਜਾਣਕਾਰੀ ਦਿਓ। ਮੁਜ਼ੱਫਰਨਗਰ ਦੌਰੇ ਬਾਰੇ ਮੈਂ ਇਹੀ ਕਹਾਂਗਾ ਕਿ ਮੈਂ ਉਸ ਟੀਮ ਦੇ ਵਿੱਚ ਸ਼ਾਮਲ ਸੀ ਜੀ, ਜੋ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਅਸੀਂ ਮੁਜ਼ੱਫਰਨਗਰ ਪਹੁੰਚੇ ਜੀ। ਤੇ ਜਿਵੇਂ ਕਹਿੰਦੇ ਹੁੰਦੇ ਨੇ ਕਿ ਦੇਖਣਾ ਤੇ ਸੁਣਨਾ ਵਿੱਚ ਬਹੁਤ ਫਰਕ ਹੁੰਦਾ ਹੈ, ਉਹ ਚੀਜ਼ ਜਾ ਕੇ ਅਸੀਂ ਉੱਥੇ ਮਹਿਸੂਸ ਕੀਤੀ ਹੈ ਕਿ ਜਿਸ ਹਾਲਾਤ ਦੇ ਵਿੱਚ ਉਹ ਪਰਿਵਾਰ ਜਿਹੜੇ ਆਪਣੇ ਹੀ ਇਲਾਕੇ ਦੇ ਵਿੱਚ ਸ਼ਰਨਾਰਥੀ ਬਣ ਕੇ ਰਹਿ ਰਹੇ ਨੇ, ਉਹਨਾਂ ਦਾ ਜੋ ਹਾਲ ਹੈ, ਕਿਸੇ ਦਾ ਪਿੰਡ 1.5 ਕਿਲੋਮੀਟਰ ਦੂਰ ਹੈ, ਕਿਸੇ ਦਾ ਪਿੰਡ 2 ਕਿਲੋਮੀਟਰ ਦੂਰ ਹੈ, ਪਰ ਉਹ ਦੂਜੇ ਪਿੰਡ ਵਿੱਚ ਕੇਵਲ ਇਸ ਕਰਕੇ ਸ਼ਰਨ ਲੈ ਗਏ ਕਿ ਉਹਨਾਂ ਨੂੰ ਵਕਤੀ ਤੌਰ ਤੇ ਲੱਗਿਆ ਕਿ ਜਿਸ ਪਿੰਡ 'ਚ ਸਾਡਾ ਕਤਲੇਆਮ ਸ਼ੁਰੂ ਹੋਇਆ ਉੱਥੇ ਹਿੰਦੂਆਂ ਦੀ ਗਿਣਤੀ ਜ਼ਿਆਦਾ ਹੈ, ਅਸੀਂ ਭੱਜ ਕੇ ਦੂਜੇ ਪਿੰਡ ਚਲੇ ਜਾਈਏ ਜਿੱਥੇ ਮੁਸਲਮਾਨਾਂ ਦੀ ਗਿਣਤੀ ਜ਼ਿਆਦਾ ਹੈ। 8 ਸਤੰਬਰ ਦੀ ਰਾਤ ਨੂੰ ਉਹ ਸਾਰੇ ਉੱਥੋਂ ਭੱਜੇ ਨੇ, ਉਦੋਂ ਇੱਕ ਪਲੈਂਡ ਤਰੀਕੇ ਨਾਲ ਹਮਲੇ ਹੋਏ ਨੇ ਜੋ ਉਹਨਾਂ ਨੇ ਸਾਨੂੰ ਦੱਸਿਆ ਹੈ। ਅੱਜ ਤੱਕ 4 ਮਹੀਨੇ ਵਿੱਚ ਉਹ ਬੇਚਾਰੇ ਇੰਨੀ ਠੰਡ ਦੇ ਬਾਵਜੂਦ ਸਧਾਰਨ ਤਰਪਾਲਾਂ ਉੱਪਰ ਆਪਣੇ ਰੱਖ ਕੇ ਆਪਣੇ ਤੇ ਆਪਣੇ ਬੱਚਿਆਂ ਦਾ ਨਿਰਵਾਹ ਕਰਦੇ ਆ ਰਹੇ ਨੇ ਜੀ। ਕੋਈ ਸਰਕਾਰ ਵੱਲੋਂ ਉਹਨਾਂ ਨੂੰ ਰਾਸ਼ਨ ਨਹੀਂ ਮਿਲਿਆ, ਉਹ ਕਹਿੰਦੇ ਪਹਿਲੇ ਮਹੀਨੇ ਸਾਨੂੰ 3 ਵਾਰੀ ਰਾਸ਼ਨ ਆਇਆ ਸੀ, ਉਸ ਤੋਂ ਬਾਅਦ ਇਹ ਜਿਹੜੇ ਮੁਸਲਮਾਨ ਪਰਿਵਾਰ ਨੇ ਇਹੀ ਸਾਨੂੰ ਮਤਲਬ ਕਿ ਰਾਸ਼ਨ ਵਗੈਰਾ ਦਿੰਦੇ ਨੇ, ਮਤਲਬ ਕਿ ਕਹਿਣ ਤੋਂ ਛੋਟੇ ਛੋਟੇ ਬੱਚੇ ਜਿਹੜੇ 3 ਸਾਲ ਦੇ 4 ਸਾਲ ਦੇ ਸਾਡੇ ਆਲੇ ਦੁਆਲੇ ਉੱਥੇ ਘੁੰਮ ਰਹੇ ਸੀ, ਹਾਂਜੀ, ਸਰਦੀ ਦੇ ਬਾਵਜੂਦ ਉਹਨਾਂ ਦੇ ਪੈਰਾਂ ਦੇ ਵਿੱਚ ਕੋਈ ਜੁਰਾਬ ਜਾਂ ਬੂਟ ਜਾਂ ਚੱਪਲ ਨਹੀਂ ਪਾਈ ਹੋਈ ਸੀ ਕਈਆਂ ਦੇ, ਉਹ ਦੇਖ ਕੇ ਬੜਾ ਦੁੱਖ ਹੋਇਆ ਤੇ ਇਸ ਜਿਹੜੀ ਸਟੇਟ ਹੈ ਜਿਹੜੀ, ਚਾਹੇ ਉਹ ਹਿੰਦੁਸਤਾਨੀ ਸਰਕਾਰ ਹੋਵੇ ਚਾਹੇ ਉਹ ਯੂਪੀ ਦੀ ਸਰਕਾਰ ਹੋਵੇ, ਉਹਨਾਂ ਦਾ ਜਿਹੜਾ ਵੈਲਫੇਅਰ ਸਟੇਟ ਦਾ ਸੰਕਲਪ ਦੁਨੀਆਂ ਨੂੰ ਦਿਖਾ ਰਹੇ ਨੇ, ਉਹਦਾ ਪਰਦਾ ਉੱਥੇ ਆ ਕੇ ਫਾਸ਼ ਹੁੰਦਾ ਹੈ ਕਿ ਕਿਸ ਤਰ੍ਹਾਂ ਇਹ ਲੋਕ ਆਪਣੇ ਬੱਚਿਆਂ ਨੂੰ ਕੋਈ ਡਾਕਟਰੀ ਸਹਾਇਤਾ, ਕੋਈ ਸਰਦੀ ਗਰਮੀ ਦੇ ਪ੍ਰਬੰਧ ਦੀ ਸਹਾਇਤਾ ਇਹ ਵੀ ਨਹੀਂ ਦੇ ਸਕਦੇ, ਮੁੱਢਲੀਆਂ ਸਹੂਲਤਾਂ, ਤਾਂ ਇਹ ਕੀ ਇੱਕ ਦੇਸ਼ ਦੇ ਬਾਰੇ ਅੱਗੇ ਲੋਕਾਂ ਨੂੰ ਦਿਖਾ ਰਹੇ ਨੇ ਕਿ ਇਹ ਦੇਸ਼ ਬੜੀ ਤਰੱਕੀ ਕਰ ਰਿਹਾ ਹੈ, ਇਹਦੀ ਇਨਕਮ ਇੰਨੀ ਵੱਧ ਜਾਏਗੀ ਘੱਟ ਜਾਏਗੀ, ਪਰ ਉਹ ਸਾਰਾ ਕੁਝ ਹੋਇਆ। ਪਰ ਖਾਸ ਦੁੱਖ ਦੀ ਗੱਲ ਹੈ ਕਿ ਕਿਸੇ ਇੱਕ ਕੌਮ ਦੇ ਨਾਲ ਜਦੋਂ ਇਸ ਦੇਸ਼ ਦੇ ਵਿੱਚ ਹੁੰਦਾ ਹੈ ਤੇ ਬਾਕੀ ਸਾਰੇ ਚੁੱਪ ਕਰ ਜਾਂਦੇ ਨੇ ਬਹੁ ਗਿਣਤੀ ਵਾਲੇ, ਫਿਰ ਵੱਡਾ ਦੁੱਖ ਹੁੰਦਾ ਕਿ ਇੱਥੇ ਹਿਊਮਨ ਰਾਈਟਸ ਦੀ ਕੋਈ ਵੈਲਿਊ ਨਹੀਂ ਹੈ। ਅਸੀਂ ਤਾਂ ਜਨਮ ਤੋਂ ਹੀ ਸਾਡੀ ਪਾਰਟੀ ਹਿਊਮਨ ਰਾਈਟਸ, ਕਿਉਂਕਿ ਸਾਡੇ ਨਾਲ ਨਿੱਜੀ ਰੂਪ 'ਚ ਅੱਜ ਤੱਕ ਵਾਪਰ ਰਿਹਾ, ਹਾਂਜੀ, ਇਸ ਲਈ ਸਾਨੂੰ ਜਿਹੜੀ ਗੁਰਬਾਣੀ ਦੀ ਤੁੱਕ ਹੈ ਵੀ ਜਿਸ ਤਨ ਲਾਗੇ ਸੋਈ ਜਾਣਾ,
ਅਵਰ ਕੇ ਜਾਣਾ ਪੀਰ ਪਰਾਈ। ਪਰਾਈ ਪੀਰ ਨੂੰ ਜਾਣਨਾ ਬਹੁਤ ਮੁਸ਼ਕਲ ਹੁੰਦਾ, ਪਰ ਸਾਡੇ ਤਾਂ ਆਪਣੇ ਤਨ ਤੇ ਇਹ ਪੀੜਾਂ ਵਾਪਰੀਆਂ ਨੇ ਤੇ ਸਾਨੂੰ ਲੱਗਦਾ ਕਿ ਅਸੀਂ ਜਾ ਕੇ ਉਹਨਾਂ ਦਾ ਹਾਲ ਵੀ ਦੇਖੀਏ ਵਿਚਾਰੇ ਉਹ ਕਿਸ ਹਾਲ ਚ ਹੋਣਗੇ। ਸੋ ਉੱਥੇ ਜੋ ਜਾ ਕੇ ਦੇਖਿਆ ਉਹ ਮਤਲਬ ਕਿ ਲਫ਼ਜ਼ ਮੈਨੂੰ ਵਰਤਣਾ ਪਏਗਾ, ਨਰਕ ਤੋਂ ਘੱਟ ਜ਼ਿੰਦਗੀ ਨਹੀਂ ਜੀ ਰਹੇ ਹੁੰਦੇ, ਕੋਈ ਉਹਨਾਂ ਨੂੰ ਸਰਕਾਰੀ ਏਡ ਨਹੀਂ ਮਿਲ ਰਹੀ। ਜੀ ਤੇ ਵੀਰ ਜੀ, ਤੁਹਾਡੀ ਗੱਲਾਂ ਤੋਂ ਇਹ ਲੱਗਦਾ ਕਿ ਜਿਸ ਤਰ੍ਹਾਂ ਸਿੱਖਾਂ ਦੇ ਨਾਲ ਨਵੰਬਰ 84 ਦਾ ਕਤਲੇਆਮ ਕੀਤਾ ਗਿਆ ਸੀ, ਉਸੀ ਤਰ੍ਹਾਂ ਹੁਣ ਮੁਸਲਮਾਨਾਂ ਦੇ ਨਾਲ ਇਹ ਸਰਕਾਰਾਂ ਕਰ ਰਹੀਆਂ ਨੇ। ਇਹ ਬੜੀ ਮਾੜੀ ਗੱਲ ਹੈ ਕਿ ਭਾਰਤ ਦੀ ਸਰਕਾਰ ਇਸ ਤਰ੍ਹਾਂ ਕਰ ਰਹੇ ਨੇ ਘੱਟ ਗਿਣਤੀਆਂ ਦੇ ਨਾਲ, ਸਪੈਸ਼ਲੀ ਜੋ ਹੁਣ ਚੋਣਾਂ ਵੀ ਨੇੜੇ ਆ ਰਹੀਆਂ ਤੇ ਫਿਰ ਵੀ ਇਸ ਤਰ੍ਹਾਂ ਦੇ ਇਹ ਕੰਮ ਕਰ ਰਹੇ ਨੇ। ਪਰ ਵੀਰ ਜੀ, ਹੁਣ ਅਸੀਂ ਪ੍ਰੋਫੈਸਰ ਭੁੱਲਰ ਜੀ ਦੇ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗੇ। ਜਿਸ ਤਰ੍ਹਾਂ ਭਾਰਤੀ ਸੁਪਰੀਮ ਕੋਰਟ ਦੇ ਆਏ ਫੈਸਲੇ ਬਾਰੇ ਤੁਸੀਂ ਕੀ ਸੋਚਦੇ ਹੋ, ਇਸ ਫੈਸਲੇ ਦਾ ਪ੍ਰੋਫੈਸਰ ਭੁੱਲਰ ਜੀ ਦੇ ਕੇਸ 'ਤੇ ਕੀ ਪ੍ਰਭਾਵ ਪਏਗਾ, ਇਸ ਬਾਰੇ ਵੀ ਜ਼ਰਾ ਵੇਰਵੇ ਦੇ ਨਾਲ ਜਾਣਕਾਰੀ ਦਿਓ। ਹਿੰਦੁਸਤਾਨ ਦਾ ਜੇ ਪਿਛਲੇ 67 ਸਾਲ ਦਾ ਇਤਿਹਾਸ ਦੇਖੀਏ, ਖਾਸ ਕਰ ਜਦੋਂ ਤੋਂ ਇਹ ਸੰਵਿਧਾਨ ਲਾਗੂ ਹੋਇਆ ਉਸ ਤੋਂ ਲੈ ਕੇ ਅੱਜ ਤੱਕ, ਇਹਨਾਂ ਦਾ ਕਥਨਾ ਤੇ ਕਰਨਾ ਬਹੁਤ ਅੰਤਰ ਹੈ। ਸੁਪਰੀਮ ਕੋਰਟ ਨੇ ਪਹਿਲਾਂ ਵੀ ਬਹੁਤ ਫੈਸਲੇ ਅਜੇ ਦਿੱਤੇ ਨੇ ਜਿਹਦੇ ਵਿੱਚ ਕਾਫੀ ਲੋਕਾਂ ਨੂੰ ਰਾਹਤ ਕਿਸੇ ਨਾ ਕਿਸੇ ਰੂਪ ਵਿੱਚ ਕਿਸੇ ਨਾ ਕਿਸੇ ਫੀਲਡ ਦੇ ਵਿੱਚ ਮਿਲਦੀ ਰਹੀ ਆ, ਉਹਨਾਂ ਨੇ ਕਹੀ ਹੈ। ਪਰ ਸਰਕਾਰਾਂ ਆਪਣੇ ਤਰੀਕੇ ਦੇ ਨਾਲ ਕੇਸ ਨੂੰ ਨਿਬੇੜਦੀਆਂ ਨੇ, ਲਮਕਾਉਂਦੀਆਂ ਨੇ ਜਾਂ ਘਟਾਉਂਦੀਆਂ ਨੇ। ਹਾਂਜੀ, ਉਹ ਵੋਟ ਰਾਜਨੀਤੀ ਦੇ ਉੱਪਰ ਆਪਣਾ ਪਹਿਲਾਂ ਐਕਸਰਸਾਈਜ਼ ਕਰਦੀਆਂ ਨੇ, ਉਸ ਤੋਂ ਬਾਅਦ ਕਿਸੇ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਹੈ ਉਹਨੂੰ ਲਾਗੂ ਕਰਦੀਆਂ ਨੇ। ਇੱਥੇ ਸੁਪਰੀਮ ਕੋਰਟ ਨੇ ਅੱਕ ਕੇ ਇੱਕ ਵਾਰ ਕਹਿਤਾ ਸੀ ਕਿ ਜੇ ਭ੍ਰਿਸ਼ਟਾਚਾਰ ਹਿੰਦੁਸਤਾਨ ਦੀ ਸਰਕਾਰ ਨਹੀਂ ਰੋਕ ਸਕਦੀ ਤਾਂ ਉਸਨੂੰ ਕਾਨੂੰਨ ਬਣਾ ਦੇਣਾ ਚਾਹੀਦਾ ਹੈ। ਇਹ ਇਟ ਵਾਜ਼ ਆਲਸੋ ਅ ਜਜਮੈਂਟ ਆਫ ਸੁਪਰੀਮ ਕੋਰਟ ਆਫ ਇੰਡੀਆ। ਜੀ, ਤੇ ਉਹਨਾਂ ਨੇ ਇੱਕ ਇਹ ਵੀ ਜਜਮੈਂਟ ਜਾਰੀ ਕੀਤੀ ਸੀ ਕਿ ਜੇ ਤੁਸੀਂ ਅਨਾਜ ਨੂੰ ਸੰਭਾਲ ਨਹੀਂ ਸਕਦੇ ਘੱਟੋ ਘੱਟ ਇਹਨਾਂ ਨੂੰ ਗਰੀਬ ਲੋਕਾਂ ਦੇ ਵਿੱਚ ਵੰਡ ਦਿਓ, ਛੁਟਾ ਦਿਓ। ਹਾਂਜੀ, ਆਪ ਕੇ ਸੁਪਰੀਮ ਕੋਰਟ ਤਾਂ ਸਰਕਾਰ ਤੋਂ ਪਹਿਲੇ ਹੀ ਅੱਕੀ ਹੋਈ ਹੈ। ਜੀ, ਉਹਨਾਂ ਨੇ ਆਪਣੀ ਡਿਊਟੀ ਨਿਭਾਈ ਹੈ, ਉਹਨਾਂ ਨੇ ਇਹ ਜਜਮੈਂਟ ਦਿੱਤੀ ਹੈ। ਮੈਨੂੰ ਬਿਲਕੁਲ ਨਹੀਂ ਲੱਗਦਾ ਕਿ ਜੇ ਸਰਕਾਰ ਵੋਟਾਂ ਦੀ ਰਾਜਨੀਤੀ ਨੂੰ ਦੇਖ ਕੇ ਹੀ ਇਸ ਦਾ ਫੈਸਲਾ ਲਏਗੀ। ਜੇ ਅਸੀਂ ਕਹੀਏ ਕਿ ਕਾਨੂੰਨ ਦੇ ਲਫ਼ਜ਼ਾਂ ਦੇ ਮੁਤਾਬਕ ਇਸ ਦੇਸ਼ 'ਚ ਫੈਸਲੇ ਹੁੰਦੇ ਨੇ, ਉਹ ਬਿਲਕੁਲ ਪ੍ਰੈਕਟੀਕਲੀ ਸਾਡੇ ਮਾਈਨੋਰਟੀਜ਼ ਦੇ ਲਈ ਖਾਸ ਕਰਕੇ ਉਹ ਬਿਲਕੁਲ ਇਮਪ੍ਰੈਕਟੀਕਲ ਹੈ, ਗੈਰ ਅਮਲੀ ਹੈ। ਜੀ ਬਿਲਕੁਲ ਬਿਲਕੁਲ। ਤੇ ਵੀਰ ਜੀ, ਇਹ ਵੀ ਦੱਸੋ, ਜਿਸ ਤਰ੍ਹਾਂ ਇੰਗਲੈਂਡ ਦੇ ਵਿੱਚ ਕੁਝ ਦਸਤਾਵੇਜ਼ ਜਿਹੜੇ ਕਿ ਡੀਕਲਾਸੀਫਾਈਡ ਕੀਤੇ ਗਏ ਹਨ, ਉਹਨਾਂ ਤੋਂ ਇੰਗਲੈਂਡ ਦੀ ਸਰਕਾਰ ਦੇ ਜੂਨ 84 ਦੀ ਸਿੱਖ ਨਸਲਕੁਸ਼ੀ ਵਿੱਚ ਭਾਗੀਦਾਰ ਹੋਣ ਦੀ ਗੱਲ ਸਾਹਮਣੇ ਆਉਂਦੀ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਾਡੇ ਪ੍ਰਧਾਨ ਸਾਹਿਬ ਨੇ ਇੱਕ ਬਹੁਤ ਵੱਡੀ ਪ੍ਰੈਸ ਕਾਨਫਰੰਸ ਕਰਕੇ ਇਹ ਸਾਰੀ ਡਿਟੇਲ ਦਿੱਤੀ ਸੀ, ਜਿਹਦੇ ਵਿੱਚ ਸਪਸ਼ਟ ਰੂਪ ਵਿੱਚ ਸਾਡੀ ਪਾਰਟੀ ਦਾ ਇਹ ਮੰਨਣਾ ਹੈ ਕਿ ਸਾਨੂੰ ਸਿੱਖਾਂ ਨੂੰ ਭਾਵੇਂ ਇੰਗਲੈਂਡ ਦੀ ਬਰਤਾਨੀਆ ਦੀ ਸਰਕਾਰ ਤੋਂ ਇਹ ਆਸ ਨਹੀਂ ਸੀ, ਪਰ ਜੇ ਇਹ ਕੁਝ ਵਾਪਰ ਗਿਆ ਤੇ ਲੋਕਾਂ ਦੇ ਸਾਹਮਣੇ ਹੁਣ ਆ ਚੁੱਕਾ ਹੈ, ਸੋ ਸਾਨੂੰ ਇਹਦੇ ਚੋਂ ਦੁੱਖ ਵੀ ਹੋਇਆ, ਪਰ ਇੱਕ ਗੱਲੋਂ ਸੰਤੁਸ਼ਟੀ ਹੈ ਕਿ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਇਹਦੀ ਪੂਰੀ ਜਾਂਚ ਦੀ ਸਾਨੂੰ ਵਿਸ਼ਵਾਸ ਦਵਾਇਆ ਸਿੱਖਾਂ ਨੂੰ। ਦੂਜੇ ਪਾਸੇ ਇੰਡੀਆ ਦੀ ਗਵਰਨਮੈਂਟ ਨੇ, ਕਿਉਂਕਿ ਜੇ ਟ੍ਰੀਟੀ ਹੋਈ ਹੈ ਤਾਂ ਦੋ ਸਟੇਟਾਂ ਦੇ ਦੋ ਸਰਕਾਰਾਂ ਦੇ ਵਿੱਚ ਹੋਈ ਹੈ। ਹਾਂਜੀ, ਇੱਕ ਸਰਕਾਰ ਨੇ ਤਾਂ ਇਨਕੁਆਇਰੀ ਦਾ ਵਿਸ਼ਵਾਸ ਦਵਾ ਕੇ ਇਨਕੁਆਇਰੀ ਬਿਠਾ ਦਿੱਤੀ, ਦੂਜੀ ਸਰਕਾਰ ਜਿਹੜੀ ਕਿ ਅਸਲੀ ਦੋਸ਼ੀ ਹੈ ਉਹਨੇ ਹਜੇ ਤੱਕ ਉਹਦੇ ਪ੍ਰਧਾਨ ਮੰਤਰੀ ਨੇ ਜਾਂ ਉਹਦੀ ਕੈਬਨਿਟ ਨੇ ਜਾਂ ਉਹਦੇ ਰਾਸ਼ਟਰਪਤੀ ਨੇ ਕੋਈ ਵੀ ਅਜਿਹਾ ਸਾਨੂੰ ਸਿੰਬਲ ਨਹੀਂ ਦਿੱਤਾ ਸਿੱਖਾਂ ਨੂੰ ਕਿ ਅਸੀਂ ਵੀ ਕਾਊਂਟਰ ਇਨਕੁਆਇਰੀ ਕਰਕੇ ਤੁਹਾਨੂੰ ਸੱਚ ਦੱਸਾਂਗੇ। ਜੀ, ਦੂਜੇ ਪਾਸੇ ਅਸੀਂ ਜੇ ਇਹ ਦੇਖੀਏ, ਇਸ ਤੋਂ ਹਿੰਦੁਸਤਾਨੀ ਨਿਜ਼ਾਮ ਦਾ ਇਹ ਚਿਹਰਾ ਸਾਹਮਣੇ ਆਉਂਦਾ ਹੈ ਕਿ ਜਿਹੜਾ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਹੈ 84 ਦੇ ਵਿੱਚ, ਚਾਹੇ ਦਰਬਾਰ ਸਾਹਿਬ ਦੇ ਹਮਲੇ ਦੇ ਦੌਰਾਨ, ਚਾਹੇ ਦਿੱਲੀ ਜਾਂ ਹੋਰ ਦੇਸ਼ ਦੇ ਹਿੱਸਿਆਂ ਦੇ ਵਿੱਚ ਉਹਨਾਂ ਦਾ ਇੱਕ ਮਾਸ ਜੈਨੋਸਾਈਡ ਕੀਤਾ ਗਿਆ, ਇਹਦੇ ਪਿੱਛੇ ਇੱਕ ਪਲੈਨਡ ਥਿਊਰੀ ਚੱਲ ਰਹੀ ਸੀ। ਉਹ ਕਰਨ ਤੋਂ ਪਹਿਲਾਂ ਜੇ ਉਹ ਦੇਸ਼ਾਂ ਦੀ ਹੈਲਪ ਵੀ ਮੰਗ ਰਹੇ ਨੇ, ਹਾਂਜੀ, ਜੇ ਰਸ਼ੀਆ ਦੀ ਹੈਲਪ ਮੰਗ ਰਹੇ ਨੇ ਉਹ ਸਾਹਮਣੇ ਆਈ ਹੈ, ਬਰਤਾਨੀਆ ਦੀ ਹੁਣ ਸਾਹਮਣੇ ਆਈ ਹੈ, ਇੱਧਰ ਵੀਅਤਨਾਮ ਦੀ ਵੀ ਸਾਹਮਣੇ ਆਏਗੀ, ਇਹ ਸਾਰਾ ਕੁਝ ਜੇ ਉਹ ਕਰ ਰਹੇ ਨੇ, ਇਟ ਮੀਨਸ ਹਿੰਦੁਸਤਾਨ ਦੀ ਜਿਹੜੀ ਸਰਕਾਰ ਹੈ ਉਹ ਹਿੰਦੂ ਏਜੰਡੇ ਤੇ ਚੱਲਦੇ ਹੋਏ ਮਾਈਨੋਰਟੀਜ਼ ਨੂੰ ਖਤਮ ਕਰਨ ਲਈ ਪੂਰੇ ਪਲੈਂਡ ਤਰੀਕੇ ਦੇ ਨਾਲ ਕਾਰਵਾਈ ਕਰ ਰਹੀ ਹੈ, ਜਿਹਦੇ ਵਿੱਚ ਉਹਨੂੰ ਵਿਦੇਸ਼ੀ ਸਰਕਾਰਾਂ ਦਾ ਵੀ ਦਖਲ ਸਵੀਕਾਰ ਹੈ। ਇੱਥੇ ਇੱਕ ਦੋ ਗੱਲਾਂ ਮੈਂ ਪੁਆਇੰਟ ਆਊਟ ਕਰਨਾ ਚਾਹੁੰਦਾ, ਇੱਕ ਪਾਸੇ ਤਾਂ ਜਿਹੜੇ ਝਗੜੇ ਵਾਲੀਆਂ ਸਟੇਟਾਂ ਨੇ, ਚਾਹੇ ਉਹ ਕਸ਼ਮੀਰ ਹੋਵੇ ਚਾਹੇ ਉਹ ਪੰਜਾਬ ਹੋਵੇ, ਜਦੋਂ ਉਹਨਾਂ ਦੀ ਗੱਲ ਚੱਲਦੀ ਹੈ ਉੱਥੇ ਇਹ ਹਿੰਦੁਸਤਾਨ ਦੀ ਸਰਕਾਰ ਕਹਿੰਦੀ ਕਿ ਅਸੀਂ ਕਿਸੇ ਬਾਹਰਲੇ ਦੇਸ਼ ਦੀ ਵਿਚੋਲਗੀ ਸਵੀਕਾਰ ਨਹੀਂ ਕਰਾਂਗੇ, ਉੱਥੇ ਤਾਂ ਇਹਨਾਂ ਨੂੰ ਆਪਣਾ ਕਾਨੂੰਨ ਯਾਦ ਆ ਜਾਂਦਾ ਹੈ ਸੋਵਰੇਨਿਟੀ ਦਾ। ਪਰ ਜਿੱਥੇ ਕਿਸੇ ਮਾਈਨੋਰਟੀ ਨਸਲ ਨੂੰ ਬਿਲਕੁਲ ਖਤਮ ਕਰਨਾ ਹੋਵੇ
ਉੱਥੇ ਇਹ ਇੰਗਲੈਂਡ ਤੇ ਰੂਸ ਦਾ ਬਾਹਰਲਾ ਦਖਲ ਵੀ ਸਵੀਕਾਰ ਕਰ ਲੈਂਦੇ ਨੇ। ਦੂਸਰੇ ਪਾਸੇ ਮੈਂ ਇਹ ਕਹਾਂਗਾ ਕਿ ਚਾਹੇ ਸਿੱਖਾਂ ਨੂੰ 84 ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਹੈ ਮਾਨਸਿਕ ਤੌਰ ਤੇ ਤੇ ਸਰੀਰਕ ਤੌਰ ਤੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ, ਪਰ ਮੈਂ ਇਸ ਗੱਲੋਂ ਸੰਤੁਸ਼ਟ ਵੀ ਹੈ ਸਾਡੀ ਪਾਰਟੀ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿਹਨੇ ਖਾਲਸਾ ਮੇਰੋ ਰੂਪ ਹੈ ਖਾਸ ਗੁਰੂ ਗੋਬਿੰਦ ਸਿੰਘ ਜੀ ਦਾ ਵਚਨ ਨਿਭਾਇਆ ਹੈ ਤੇ ਉਹਨਾਂ ਦੀ ਮੁਕਾਬਲਾ ਕਰਨ ਲਈ ਸਿੱਖ ਕੌਮ ਦੀ ਜਿਹੜਾ ਪਿਛੋਕੜ ਹੈ ਉਹਨੂੰ ਦੇਖਦਿਆਂ ਹੋਇਆ ਹਿੰਦੁਸਤਾਨ ਸਰਕਾਰ ਇੰਨੀ ਡਰਦੀ ਸੀ ਕਿ ਉਹਨੇ ਆਪਣੀ ਮਿਲਟਰੀ ਤੇ ਵੀ ਪੂਰਾ ਵਿਸ਼ਵਾਸ ਨਹੀਂ ਕੀਤਾ, ਆਪਣੇ ਸੁਰੱਖਿਆ ਗਾਰਡਾਂ ਤੇ ਵੀ ਇੰਨਾ ਵਿਸ਼ਵਾਸ ਨਹੀਂ ਕੀਤਾ। ਉਸ ਨੂੰ ਇੰਗਲੈਂਡ ਵਰਗੀਆਂ ਤੇ ਰੂਸ ਵਰਗੀਆਂ ਸੁਪਰ ਪਾਵਰ ਦੀ ਮਦਦ ਲੈਣੀ ਪਈ ਹੈ ਸਿੱਖਾਂ ਨਾਲ ਲੋਹਾ ਲੈਣ ਖਾਤਰ। ਜੀ ਬਿਲਕੁਲ, ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਸਾਰੀਆਂ ਅੱਜ ਫਿਜ਼ਾ ਦੇ ਵਿੱਚ ਘੁੰਮ ਰਹੀਆਂ ਨੇ। ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਵਰਗੇ ਟੈਲੀਵਿਜ਼ਨ ਜਿਹੜੇ ਸਵਿਰਦ ਨੇ ਉਹ ਤੇ ਹੋਰ ਸਾਰਾ ਮੀਡੀਆ ਇਹਨੂੰ ਲਿਆਵੇ ਸਾਹਮਣੇ ਕਿ ਇਹ ਜਿਹੜਾ ਜੈਨੋਸਾਈਡ ਸੀ ਇਹ ਬਿਲਕੁਲ ਪਲੈਨਡ ਸੀ, ਇਹ ਪਲੈਨਿੰਗ ਕਿਉਂ ਕੀਤੀ ਗਈ। ਜੀ ਬਿਲਕੁਲ, ਇਸ ਬਾਰੇ ਜ਼ਰੂਰ ਮਤਲਬ ਕਿ ਸਾਨੂੰ ਅੱਗੇ ਸੈਮੀਨਾਰ ਕਰਨੇ ਚਾਹੀਦੇ ਨੇ। ਆਖਿਰ ਇਹ ਤਾਂ ਗੱਲ ਸਪਸ਼ਟ ਹੋਊਗੀ ਕਿ ਇਹ ਸਾਰਾ ਜੈਨੋਸਾਈਡ ਪਲੈਨਡ ਸੀ, ਪਰ ਇਹ ਕਿਉਂ ਪਲੈਨਡ ਹੋਇਆ ਇਹਦੇ ਬਾਰੇ ਹੈ ਵੀ ਇਹ ਸਾਡੀ ਜਿਹੜੀ ਵਿਰਾਸਤ ਹੈ ਇਹਨੂੰ ਖਤਮ ਕਰਨਾ ਚਾਹੁੰਦੇ ਨੇ। ਇਹ ਚਾਹੇ ਬਾਦਲ ਰਾਹੀਂ ਵੀ ਤਿਆਰੀ ਕਰ ਰਹੇ ਨੇ, ਸਾਡੇ ਜਿਹੜੇ ਸੰਤ ਬਾਬੇ ਨੇ ਉਹ ਵੀ ਇਹਦੇ ਵਿੱਚ ਹਿੱਸਾ ਪਾ ਰਹੇ ਨੇ, ਇਹਦੇ ਵਿੱਚ ਕਾਂਗਰਸ ਦੇ ਜਿਹੜੇ ਸਿੱਖ ਲੀਡਰ ਨੇ ਉਹ ਵੀ ਹਿੱਸਾ ਪਾ ਰਹੇ ਨੇ। ਸਮੁੱਚਾ ਜਿਹੜਾ ਇਸ ਵਕਤ ਨਿਜ਼ਾਮ ਹੈ ਉਹ ਸਿੱਧੇ ਰੂਪ ਵਿੱਚ ਦਿੱਲੀ ਤੋਂ ਹੁਕਮ ਆਉਂਦੇ ਨੇ ਤੇ ਅਸਿੱਧੇ ਰੂਪ ਵਿੱਚ ਸਾਡੇ ਸਿੱਖ ਲੀਡਰ ਉਹਨੂੰ ਨਿਭਾਉਂਦੇ ਨੇ ਤੇ ਇਹਦਾ ਮਕਸਦ ਇਹ ਹੈ ਕਿ ਜਿਹੜੀ ਸਿੱਖ ਸੋਚ ਹੈ ਥੋਟ ਆਫ ਸਿੱਖ ਸਿੱਖ ਫਿਲੋਸਫੀ ਉਹਨੂੰ ਖਤਮ ਕਰਤਾ ਜਾਵੇ, ਚਿਹਰੇ ਮੋਹਰੇ ਸਾਡੇ ਸਿੱਖਾਂ ਵਰਗੇ ਰਹਿਣ ਪਰ ਸਾਡੀ ਜਿਹੜੀ ਪ੍ਰੈਕਟੀਕਲ ਲਾਈਫ ਹੈ ਉਹ ਸਿੱਖੀ ਤੋਂ ਦੂਰ ਚਲੀ ਜਾਵੇ। ਇਹਦੇ ਇਹ ਇੱਕ ਪਲੈਨਿੰਗ 1947 ਤੋਂ ਚੱਲ ਰਹੀ ਹੈ ਜਦੋਂ ਸਾਨੂੰ ਧਾਰਾ 25(b) ਦੇ ਵਿੱਚ ਹਿੰਦੂ ਕਿਹਾ ਗਿਆ, ਉਸ ਦਿਨ ਤੋਂ ਇਹ ਜਿਹੜੀ ਪਲੈਨਿੰਗ ਚੱਲ ਰਹੀ ਸੀ ਤੇ ਉਹਦੇ ਜਿਹੜੇ ਰੂਪ ਨੇ ਇਹ ਅੱਡ ਅੱਡ ਟਾਈਮਾਂ ਤੇ 84 ਤੇ ਜਾਂ ਉਸ ਤੋਂ ਬਾਅਦ ਵੀ ਉਸ ਤੋਂ ਪਹਿਲਾਂ ਵੀ ਸਾਹਮਣੇ ਆਏ। ਜੀ ਬਿਲਕੁਲ ਵੀਰ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਸਾਰੇ ਸਵਾਲਾਂ ਦੇ ਜਵਾਬ ਬੜੇ ਵੇਰਵੇ ਦੇ ਨਾਲ ਦੱਸੇ ਤੇ ਆਪਣੇ ਸਾਰੇ ਵਿਚਾਰ ਵੀ ਸਾਂਝੇ ਕੀਤੇ। ਸਾਡਾ ਹੁਣ ਵਕਤ ਇੱਕ ਛੋਟੇ ਜਿਹੇ ਬ੍ਰੇਕ ਵੱਲ ਜਾ ਰਿਹਾ, ਮੈਂ ਤੁਹਾਡੇ ਕੋਲ ਇੱਥੇ ਅੱਜ ਇਜਾਜ਼ਤ ਲੈਂਦੀ ਹਾਂ। ਇਸੇ ਤਰ੍ਹਾਂ ਅਸੀਂ ਤੁਹਾਨੂੰ ਸਿੱਖ ਸੰਗਤਾਂ ਦੀ ਰੂਬਰੂ ਕਰਵਾਉਂਦੇ ਰਹਾਂਗੇ, ਪਰ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਕੀਪ ਵਾਚਿੰਗ ਨਿਊਜ਼ TV 84 ਦੇ ਨਾਲ, ਵੀ ਬੀ ਰਾਈਟ ਬੈਕ ਆਫਟਰ ਅ ਸ਼ੋਰਟ ਬ੍ਰੇਕ।